ਤੁਸੀਂ ਦੇਖ ਰਹੇ ਹੋ ਸਾਂਝਾ ਪੰਜਾਬ ਟੀਵੀ ਤੇ ਦੇਖਦੇ ਰਹੋ ਸਾਂਝਾ ਪੰਜਾਬ ਟੀਵੀ ਅੰਮ੍ਰਿਤਸਰ ਤੋਂ ਤੇ ਜਿਸ ਤਰ੍ਹਾਂ ਸਾਨੂੰ ਪਤਾ ਹੀ ਹੈ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਮਾਨਯੋਗ SSP ਸਾਹਿਬ ਪਟਿਆਲਾ ਸ੍ਰੀ ਵਰੁਣ ਕੁਮਾਰ ਸ਼ਰਮਾ IPS ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਉਹਨਾਂ ਦੀ ਗਾਈਡਲਾਈਨ ਮੁਤਾਬਕ ਜ਼ਿਲ੍ਹਾ ਪਟਿਆਲਾ ਪੁਲਿਸ ਵੱਲੋਂ ਅਸੀਂ ਘਨੌਰ ਸਬ ਡਿਵੀਜ਼ਨ ਵਿੱਚ ਵੀ ਜਿਹੜਾ ਹੈ ਉਹ ਮਾੜੇ ਅਨਸਰਾਂ ਦੇ ਖਿਲਾਫ਼ ਜਿਹੜਾ ਹੈ ਸਖ਼ਤੀ ਨਾਲ ਕਾਰਵਾਈ ਕਰ ਰਹੇ ਹਾਂ ਪਿਛਲੇ ਸਮੇਂ ਤੋਂ, ਚਾਹੇ ਉਹ ਨਸ਼ਿਆਂ ਦੀ ਗੱਲ ਹੋਵੇ, ਚਾਹੇ ਕੋਈ ਚੋਰਾਂ ਦੀ ਗੱਲ ਹੋਵੇ, ਚਾਹੇ ਕੋਈ ਹੋਰ ਮਾੜੇ ਕੰਮ ਕਰਨ ਵਾਲੇ ਗਰੋਹਾਂ ਦਾ ਮਾਮਲਾ ਹੋਵੇ। ਤਾਂ ਕੱਲ੍ਹ ਸਾਡੀ ਜਿਹੜੀ ਹੈਗੀ ਹੈ ਸ਼ੰਭੂ ਪੁਲਿਸ ਦੀ ਜਿਹੜੀ ਟੀਮ ਨੇ SHO ਸ਼ੰਭੂ ਇੰਸਪੈਕਟਰ ਅਮਨਪਾਲ ਵਿਰਕ ਅਤੇ ਉਹਦੇ ਨਾਲ ਸਾਰੀ ਟੀਮ ਚੌਕੀਦਾਰ ਟੇਪਲਾ AC ਅਵਤਾਰ ਸਿੰਘ ਉਹਦਾ ਅਸ਼ਵਨੀ ਕੁਮਾਰ ਅਤੇ ਸਾਰੇ ਸਟਾਫ ਨੇ ਬੜੀ ਮਿਹਨਤ ਨਾਲ ਜਿਹੜਾ ਹੈ ਇੱਕ ਮੋਟਰਸਾਈਕਲ ਚੋਰ ਗਰੋਹ ਕਾਬੂ ਕੀਤਾ, ਜਿਹਦੇ ਵਿੱਚ ਉਹਨਾਂ ਨੇ 3 ਮੋਟਰਸਾਈਕਲ ਚੋਰੀ ਜਿਹੜੇ ਉਹ ਬਰਾਮਦ ਕੀਤੇ ਨੇ। ਇੱਕ 4 ਬੰਦਿਆਂ ਦਾ ਗਰੋਹ ਸੀ ਜਿਹੜਾ ਕਿ ਚੋਰੀ ਦੇ ਮੋਟਰਸਾਈਕਲ ਇਕੱਠੇ ਕਰਕੇ ਉੱਥੇ ਵੇਚਣ ਦੀ ਤਿਆਰੀ ਸੀਗਾ, ਉਹਨਾਂ ਨੂੰ ਰੰਗੇ ਹੱਥੀਂ ਸਮੇਤ ਮੋਟਰਸਾਈਕਲ ਜਿਹੜਾ ਕਾਬੂ ਕੀਤਾ ਮੌਕੇ 'ਤੇ। ਇਹਨਾਂ ਪਾਸੋਂ 3 ਮੋਟਰਸਾਈਕਲ ਜਿਹੜਾ ਹੈ ਬਰਾਮਦ ਕੀਤੇ, ਇਹਨਾਂ 'ਚ ਇੱਕ ਦੋਸ਼ੀ ਹਰਵਿੰਦਰ ਸਿੰਘ ਉਰਫ ਜੱਗੀ ਦਾ ਨਹੇੜੇ ਦਾ, ਦੂਸਰਾ ਅਭਿਸ਼ੇਕ ਕੁਮਾਰ ਜਿਹੜਾ ਰਾਜਪੁਰਾ ਕਲੋਨੀ ਦਾ, ਪ੍ਰਤਾਪ ਕਲੋਨੀ ਰਾਜਪੁਰਾ ਦਾ, ਤੀਸਰਾ ਰਾਜਵੀਰ ਸਿੰਘ ਹੈ ਅਤੇ ਚੌਥਾ ਜਿਹੜਾ ਆਕਾਸ਼ਦੀਪ ਸਿੰਘ ਹੈ, ਇਹ ਸ਼ੰਭੂ ਕਲਾਂ ਦੇ ਨੇ। ਇਹਨਾਂ 'ਚੋਂ ਜਿਹੜਾ ਹਰਵਿੰਦਰ ਸਿੰਘ ਹੈ ਇਹਦੇ 'ਤੇ ਪਹਿਲਾਂ ਵੀ ਚੋਰੀ ਦਾ ਮੁਕੱਦਮਾ ਦਰਜ ਹੈ ਕੋਤਵਾਲੀ ਥਾਣੇ ਦੇ ਵਿੱਚ, ਅਤੇ ਇਹਨਾਂ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ 3 ਮੋਟਰਸਾਈਕਲ ਇਹਨਾਂ ਤੋਂ ਬਰਾਮਦ ਕਰ ਲਏ ਨੇ। ਬਾਕੀ ਇਹਨਾਂ ਨੂੰ ਅੱਜ ਮਾਨਯੋਗ ਅਦਾਲਤ 'ਚ ਪੇਸ਼ ਕੀਤਾ ਜਾਣਾ, ਪੇਸ਼ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਲਵਾਂਗੇ ਅਤੇ ਇਹਨਾਂ ਤੋਂ ਹੋਰ ਵੀ ਵੱਡੇ ਜਿਹੜੀ ਹੈ ਬਰਾਮਦੀ ਦੀ ਸੰਭਾਵਨਾ ਅਤੇ ਅਸੀਂ ਉਹ ਕਰਾਂਗੇ। ਹਾਂ, ਜਿਹੜਾ ਵੀ ਇਹਦੇ ਨਾਲ ਜੁੜਿਆ ਹੋਇਆ ਕੋਈ ਮੋਟਰਸਾਈਕਲ ਚੋਰੀ ਕਰਵਾਉਂਦਾ ਹੋਇਆ ਕਿਸੇ ਵੀ ਤਰੀਕੇ ਨਾਲ ਸਿੱਧੇ ਜਾਂ ਸਿੱਧੇ ਜਾਂ ਚੋਰੀ ਦਾ ਮਾਲ ਲੈਂਦਾ ਹੋਇਆ ਇਹਨਾਂ ਨੂੰ ਹੱਲਾਸ਼ੇਰੀ ਦਿੰਦਾ ਹੋਇਆ ਉਹਦੇ ਨਾਲ ਵੀ ਅਸੀਂ ਸਖ਼ਤੀ ਨਾਲ ਕਰ ਲਈ। ਨਹੀਂ, ਅਜੇ ਇਨਵੈਸਟੀਗੇਸ਼ਨ ਅਜੇ ਅਸੀਂ ਕਰ ਰਹੇ ਹਾਂ, ਜਦੋਂ ਵੀ ਸਾਨੂੰ ਇਨਵੈਸਟੀਗੇਸ਼ਨ ਜਿਹੜੀ ਗੱਲ ਸਾਹਮਣੇ ਆਊਗੀ ਤੁਹਾਡੇ ਨਾਲ ਅਸੀਂ ਜ਼ਰੂਰ ਸਾਂਝੀ ਕਰਾਂਗੇ। ਇਹ ਚਾਰੇ ਜਿਵੇਂ ਘਨੌਰ ਆਪਣਾ ਹਲਕਾ ਘਨੌਰ ਰਾਜਪੁਰਾ ਨਾਲ ਹੀ ਸੰਬੰਧਿਤ ਨੇ, ਇਹਨਾਂ ਚਾਰਾਂ ਦੇ ਇਲਾਵਾ ਹੋਰ ਵੀ ਕੋਈ ਮੰਨਿਆ ਵੀ ਜਾਂ ਇਹਨਾਂ ਦੇ ਗੈਂਗ 'ਚ ਜਾਂ ਇਹਨਾਂ ਦੀ ਜਿਹੜੀ ਟੀਮ 'ਚ ਕੋਈ ਹੋਰ? ਉਹ ਅਜੇ ਤੱਕ ਨਹੀਂ ਕੋਈ ਗੱਲ ਸਾਹਮਣੇ, ਪਰ ਜੇ ਕੋਈ ਆਈ ਤਾਂ ਜ਼ਰੂਰ ਤੁਹਾਨੂੰ ਅਸੀਂ ਸ਼ੇਅਰ ਕਰਾਂਗੇ, ਕਿਉਂਕਿ ਅਜੇ ਟਾਈਮ ਥੋੜ੍ਹਾ ਸੀਗਾ, ਤੁਹਾਨੂੰ ਪੇਸ਼ ਵੀ ਕਰਨਾ, ਫਾਈਲ ਵੀ ਪੂਰੀ ਕਰਨੀ ਹੁੰਦੀ। ਉਹ ਵੀ ਅਜੇ ਤੱਕ ਅਸੀਂ ਤੁਹਾਨੂੰ ਅਗਲੇ ਦਿਵਸ ਦੱਸਾਂਗੇ। ਨਹੀਂ, ਜਿਵੇਂ ਪ੍ਰੈਸ ਨੋਟ 'ਚ ਦੱਸਿਆ ਹੋਇਆ ਮੋਹਾਲੀ ਤੋਂ ਜੀ, ਇਹ ਜਿਵੇਂ ਰਾਜਪੁਰਾ ਨਾਲ ਸੰਬੰਧਿਤ ਨੇ, ਰਾਜਪੁਰਾ ਤੋਂ ਵੀ ਕੋਈ ਜਿਵੇਂ ਸ਼ਿਵਾਜੀ ਪਾਰਕ ਤੋਂ ਕਾਫੀ ਚੋਰੀ ਹੋ ਰਹੇ ਨੇ, ਕਲੋਨੀਆਂ 'ਚ ਵੀ? ਦੇਖੋ, ਇਹ ਮੋਟਰਸਾਈਕਲਾਂ ਦੇ ਜਿਹੜੇ ਮਾਲਕਾਂ ਦਾ ਪਤਾ ਕਰਕੇ, ਕਿਉਂਕਿ ਇਹਨਾਂ ਨੰਬਰ ਵਗੈਰਾ ਟਾਏ ਹੁੰਦੇ ਨੇ ਇਹਨਾਂ ਨੇ, ਤਾਂ ਉਹ ਨੰਬਰ ਵਗੈਰਾ ਟਰੇਸ ਕਰਕੇ ਅਸੀਂ ਜੇਸੀ ਨੰਬਰ ਇੰਜਨ ਟਰੇਸ ਕਰਕੇ ਉਹ ਮਾਲਕਾਂ ਤੱਕ ਪਹੁੰਚ ਕਰਾਂਗੇ, ਤਾਂ ਉਹ ਫਿਰ ਪਤਾ ਲੱਗੂ। ਕੁਛ ਇਸ ਤਰ੍ਹਾਂ ਵੀ ਪਤਾ ਲੱਗਿਆ ਕਿ ਇਹ ਜਿਹੜੇ ਮੋਟਰਸਾਈਕਲ ਸੀ ਇਹ ਚੋਰੀ ਕਰਕੇ ਵੇਚਦੇ ਸੀਗੇ, ਇਹਨਾਂ ਦੇ ਵਾਰਦਾਤਾਂ ਵੀ ਕਰਦੇ ਹੁੰਦੇ ਸੀ? ਦੇਖੋ, ਮੇਨ ਤਾਂ ਫਿਲਹਾਲ ਤਾਂ ਵੇਚਣ ਦੀ ਗੱਲ ਹੈ, ਅੱਗੇ ਇਹ ਕੀ ਕਰਦੇ ਨੇ ਜਾਂ ਇਹਨਾਂ ਨੇ ਇਹ ਕਦੋਂ ਦੇ ਚੋਰੀ ਕੀਤੇ ਨੇ, ਕਿੱਥੇ ਇਹਨਾਂ ਨੇ ਯੂਜ ਕੀਤੇ ਨੇ, ਜਾਂ ਇਹਨਾਂ ਨੇ ਕੋਈ ਹੋਰ ਕ੍ਰਾਈਮ ਕੀਤਾ, ਉਹ ਅੱਗੇ ਇਨਵੈਸਟੀਗੇਸ਼ਨ ਦੇਖਾਂਗੇ ਨਾ। ਸਰ ਜੀ, ਤੁਹਾਡੇ ਵੱਲੋਂ ਕੀ ਧਾਰਨਾ ਲਈ ਹੋਣੀ? ਇਹਨਾਂ 'ਤੇ ਅਸੀਂ ਜਿਹੜੀ ਹੈਗੀ ਨਵੇਂ ਕਾਨੂੰਨ ਦੀ 303 BNS ਅਤੇ 317 2 ਵੀ ਉਹ ਧਾਰਾ ਲਾ ਕੇ ਇਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ। ਜਿਵੇਂ ਆਪਾਂ ਗੱਲ ਕਰਦੇ ਹਾਂ ਚੋਰ ਗਰੋਹ ਦੀ, ਵੀ 2-3 ਦਿਨਾਂ ਵਿੱਚ ਸ਼ੰਭੂ ਪੁਲਿਸ ਨੇ ਹੋਰ ਵੀ ਕਈ ਕਾਰਨਾਮੇ ਕੀਤੇ ਨੇ ਜਾਂ ਸਫਲਤਾਵਾਂ ਮਿਲੀਆਂ ਨੇ, ਜੀ ਉਹਨਾਂ ਨੂੰ ਕਿਵੇਂ ਦੇਖਦੇ ਹੋ? ਇਸ ਤੋਂ ਪਰਸੋਂ ਜਿਹੜਾ ਹੈਗਾ ਸ਼ੰਭੂ ਪੁਲਿਸ ਨੇ ਮਾਨਯੋਗ SSP